ਸਵਾਗਤ ਹੈ ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਰਮਨਦੀਪ ਸਿੰਘ ਇੱਕ ਵਾਰੀ ਫੇਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ ਅਤੇ ਸਵਾਗਤ ਕਰਦਾ ਹਾਂ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਨ ਬਾਈ ਲੇਟੈਸਟ ਵੀਡੀਓ ਆ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ ਸਵੇਚ ਚਲੰਦੇ ਤੇ ਪੀਐਸਟੈਟ ਸੀਟੈਟ ਮਾਸਟਰ ਜੀ ਡਰ ਐਨਟੀਟੀ ਤੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸਬੰਧਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ ਉਤੋ ਸਿ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋ ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬੀ ਭਾਸ਼ਾ ਬਾਰੇ ਜੋ ਕਿ ਪੰਜਾਬੀ ਵਿਆਕਰਨ ਦਾ ਇੱਕ ਟੌਪਿਕ ਹੈ ਉਸ ਤੇ ਬਾਰੇ ਆਪਾਂ ਡਿਸਕਸ ਕਰਾਂਗੇ ਉਸ ਤੇ ਨਾਲ ਰਿਲੇਟਡ 25 ਜਿਹੜੇ ਐਮਸੀਕਿਊ ਆਪਾਂ ਉਹ ਇਸ ਕਲਾਸ ਦੇ ਵਿੱਚ ਡਿਸਕਸ ਕਰਾਂਗੇ ਜੋ ਕਿ ਤੁਹਾਨੂੰ 8TT ਕੇਡਰ ਮਾਸਟਰ ਕੇਡਰ ਪੰਜਾਬ ਪੁਲਿਸ ਪੀਐਸਪੀ ਸਿਲ ਅਤੇ ਪੀਐਸਟੈਟ ਐਗਜ਼ਾਮ ਦੇ ਲਈ ਹੈਲਪਫਲ ਰਹਿਣਗੇ ਸੋ ਉਮੀਦ ਕਰਦਾ ਹਾਂ ਕਿ ਸੈਸ਼ਨ ਸਾਰਿਆਂ ਦੇ ਲਈ ਹੈਲਪਫਲ ਰਹੂਗਾ ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਐ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ ਸੋ ਗਰੁੱਪ ਇਹਦਾ ਜੇ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਇਹਦਾ ਸੋ MCQ ਰਹਿਣਗੇ ਸੋ ਫਰਸਟ ਕੁਐਸਚਨ ਅਜਾ ਰਹੇਗਾ ਜੀ ਸੋ ਭਾਸ਼ਾ ਕੀ ਹੈ ਸੋ ਅਸੀਂ ਲੈਂਗੁਏਜ ਨੂੰ ਜਿਹੜਾ ਹੈ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਕਰਦੇ ਹਾਂ ਡਿਫਾਈਨ ਕਰ ਸਕਦੇ ਹਾਂ ਸੋ ਆਪਸ਼ਨ 1 ਹੈ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ ਹੈ ਆਪਸ਼ਨ 2 ਹੈ ਲਿਖਤੀ ਭਾਸ਼ਾ ਹੈ ਆਪਸ਼ਨ 3 ਹੈ ਮੌਖਿਕ ਭਾਸ਼ਾ ਹੈ ਅਤੇ ਆਪਸ਼ਨ 4 ਹੈ ਉਪਰੋਕਤ ਸਾਰੀਆਂ ਹੀ ਸੋ ਅਗਰੇਸਿਵ ਭਾਸ਼ਾ ਦੀ ਗੱਲ ਕਰਾਂਗੇ ਕਿ ਭਾਸ਼ਾ ਜਿਹੜੀ ਹੈ ਉਹ ਐਕਚੁਅਲ ਦੇ ਵਿੱਚ ਹੈ ਕੀ ਚੀਜ਼ ਹੈ ਤਾਂ ਇਸ ਤਰੀਕੇ ਦੇ ਨਾਲ ਅਸੀਂ ਕਹਾਂਗੇ ਕਿ ਭਾਸ਼ਾ ਜਿਹੜੀ ਹੈ ਉਹ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦੇ ਲਈ ਵਰਤਿਆ ਜਾਣ ਵਾਲਾ ਇੱਕ ਸੋਰਸ ਹੈ ਜਿਹਦੇ ਨਾਲ ਅਸੀਂ ਆਪਣੇ ਵਿਚਾਰ ਦੂਸਰਿਆਂ ਨੂੰ ਦੱਸ ਸਕਦੇ ਹਾਂ ਅਤੇ ਦੂਸਰਿਆਂ ਦੇ ਵਿਚਾਰ ਜਿਹੜੇ ਅਸੀਂ ਉਹ ਸੁਣ ਸਕਦੇ ਹਾਂ ਲਿਖਤੀ ਭਾਸ਼ਾ ਤੇ ਮੌਖਿਕ ਭਾਸ਼ਾ ਜਿਹੜੀ ਹੈ ਇਹ ਭਾਸ਼ਾ ਦੀਆਂ ਕਿਸਮਾਂ ਨੇ ਇੱਕ ਲਿਖਤੀ ਰੂਪ ਦੇ ਵਿੱਚ ਹੁੰਦਾ ਹੈ ਇੱਕ ਮੌਖਿਕ ਰੂਪ ਦੇ ਵਿੱਚ ਹੁੰਦਾ ਹੈ ਠੀਕ ਹੈ ਬਟ ਅਗਰ ਜਦੋਂ ਅਸੀਂ ਭਾਸ਼ਾ ਦੀ ਗੱਲ ਕਰਾਂਗੇ ਤਾਂ ਭਾਸ਼ਾ ਦਾ ਅਰਥ ਹੋਵੇਗਾ ਕਿ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ ਇੱਕ ਦੂਸਰੇ ਦੇ ਨਾਲ ਸ਼ੇਅਰ ਕਰਨਾ ਹੈ ਇੱਕ ਦੂਸਰੇ ਤੱਕ ਵਿਚਾਰ ਪਹੁੰਚਾਉਣਾ ਅਤੇ ਉਹਨਾਂ ਦੇ ਵਿਚਾਰ ਆਪਣੇ ਤੱਕ ਲੈ ਕੇ ਆਉਣਾ ਨੈਕਸਟ ਹੈ ਸੈਕੰਡ ਨੰਬਰ ਕੁਐਸਚਨ ਪੰਜਾਬੀ ਭਾਸ਼ਾ ਨੂੰ ਬੋਲਣ ਵਾਲੀ ਬੋਲਣ ਵਾਲੀ ਦੀ ਵਰਤਮਾਨ ਸਮੇਂ ਕਿੰਨੀ ਗਿਣਤੀ ਹੈ ਸੋ ਲੋਕ ਜਿਹੜੇ ਬੋਲਦੇ ਹੈਗੇ ਨੇ ਵਰਤਮਾਨ ਸਮੇਂ ਅਗਰ ਪੂਰੇ ਵਿਸ਼ਵ ਦੀ ਗੱਲ ਕਰੀਏ ਤਾਂ ਕਿੰਨੇ ਲੋਕ ਜਿਹੜੇ ਉਹ ਵਰਤਮਾਨ ਸਮੇਂ ਤੇ ਇੱਕ ਬੋਲ ਰਹੇ ਨੇ ਪੰਜਾਬੀ ਭਾਸ਼ਾ ਨੂੰ ਸੋ ਆਪਸ਼ਨ 1 ਹੈ 2 ਕਰੋੜ ਆਪਸ਼ਨ 2 ਹੈ 11 ਕਰੋੜ ਆਪਸ਼ਨ 3 ਹੈ 23 ਕਰੋੜ ਅਤੇ ਆਪਸ਼ਨ 4 ਹੈ 7 ਕਰੋੜ ਸੋ ਪੰਜਾਬੀ ਭਾਸ਼ਾ ਨੂੰ ਬੋਲਣ ਦੇ ਲਈ ਇੱਥੇ ਸੰਸਾਰ ਦੀ ਗੱਲ ਕੀਤੀ ਗਈ ਹੈ ਕਿ ਪੂਰੇ ਵਿਸ਼ਵ ਦੇ ਵਿੱਚ ਪੰਜਾਬੀ ਬੋਲਣ ਵਾਲੇ ਲੋਕ ਕਿੰਨੇ ਹੈਗੇ ਨੇ ਸੋ ਪੂਰੇ ਵਿਸ਼ਵ ਦੇ ਵਿੱਚ ਅਸੀਂ ਗੱਲ ਕਰ ਗਏ ਪੰਜਾਬੀ ਬੋਲਣ ਵਾਲੇ ਲੋਕ ਜਿਹੜੇ ਨੇ ਉਹ 11 ਕਰੋੜ ਹੈਗੇ ਨੇ ਸੋ ਇਸ ਦੇ ਵਿੱਚ ਪੰਜਾਬ ਇੰਡੀਆ ਅਫਗਾਨਿਸਤਾਨ ਯੂ ਐਸ ਏ ਕੈਨੇਡਾ ਠੀਕ ਹੈ ਸੋ ਇਸ ਸਾਰੇ ਦੇਸ਼ਾਂ ਦੇ ਵਿੱਚ ਜਿਹੜਾ ਕੁੱਲ ਮਿਲਾ ਕੇ ਜਿਹੜਾ ਕਰਦੇ ਆ ਇੰਗਲੈਂਡ ਵਰਗੇ ਜਿਹੜੇ ਕਹਿੰਦੇ ਆ ਦੇਸ਼ ਮਿਲਾ ਕੇ ਟੋਟਲ ਜਿਹੜੇ ਲੋਕ ਬਣਦੇ ਹੈਗੇ ਨੇ ਸੋ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ 11 ਕਰੋੜ ਬਣਦੀ ਹੈਗੀ ਹੈ ਜਦ ਕਿ ਪੂਰੇ ਵਿਸ਼ਵ ਦੇ ਵਿੱਚ ਪੰਜਾਬੀ ਜਿਹੜੀ ਹੈ ਉਹ ਬੋਲੀ ਜਾਂਦੀ ਹੈ ਕੀ ਹੈ ਓਕੇ ਸੋ ਨੈਕਸਟ ਹੈ 10 ਨੰਬਰ ਕੁਐਸਚਨ ਸੋ ਹੀਡ ਲਿਖਿਆ ਹੈ 17 ਵਿੱਚ ਪੰਜਾਬ ਦੇ ਬਾਰੇ ਕਿਸ ਨੇ ਲਿਖਿਆ ਹਨ ਸੋ ਆਪਸ਼ਨ 1 ਹੈ ਖੱਬੇ ਹੱਥ ਵਰਸੀ ਜਮਣਾ ਦੀ ਸੱਜੇ ਹੱਥ ਖੜੰਗ اٹਕਦਾ ਪਿਛਵਾੜੇ ਕੰਧ ਚਟਾਨਾਂ ਦੀ ਕੋਈ ਬੈਰੀ ਤੋੜਨਾ ਸਕਦਾ ਇਹ ਸ਼ਬਦ ਕਹੇਗੇ ਨੇ ਪੰਜਾਬ ਦੇ ਬਾਰੇ ਪੰਜਾਬੀਅਤ ਦੇ ਬਾਰੇ ਪੰਜਾਬੀ ਭਾਸ਼ਾ ਨੂੰ ਲੈ ਕੇ ਉਸਦੀ ਬਾਉਂਡਰੀ ਨੂੰ ਲੈ ਕੇ ਸ਼ਬਦ ਕਹੇਗੇ ਨੇ ਸੋ ਇਹ ਸ਼ਬਦ ਜਿਹੜੇ ਆ ਉਹ ਕਿਸ ਦੇ ਹੈਗੇ ਨੇ ਸੋ ਆਪਸ਼ਨ 1 ਹੈ ਭਾਈ ਵੀਰ ਸਿੰਘ ਦੇ ਆਪਸ਼ਨ 2 ਹੈ ਗੁਰਬਖਸ਼ ਸਿੰਘ ਦੇ ਆਪਸ਼ਨ 3 ਹੈ ਧਨੀ ਰਾਮ ਚਾਤਰੀਕ ਦੇ ਅਤੇ ਆਪਸ਼ਨ 4 ਹੈ ਅਮਰਤਾ ਪ੍ਰੀਤਮ ਦੇ ਸੋ ਇਹ ਪੰਜਾਬ ਦੀ ਪੰਜਾਬੀ ਭਾਸ਼ਾ ਨੂੰ ਪ੍ਰਾਤਨ ਪੰਜਾਬ ਦੇ ਵਿਚਲੇ ਬਾਉਂਡਰੀ ਨੂੰ ਕਲੀਅਰ ਕਰਦੀ ਹੈਗੀ ਹੈ ਇੱਕ ਸਾਈਡ ਜਿਹੜਾ ਕਹਿ ਸਕਦੇ ਹੈਗੇ ਆਂਗੇ ਜਮਨਾ ਆ ਜਾਂਦੀ ਹੈ ਦੂਸਰੀ ਸਾਈਡ ਦੇ ਵਿੱਚ اٹਕ ਜਾਂਦਾ ਹੈ ਫਿਰ ਇਸ ਤੋਂ ਬਾਅਦ ਕੁਝ ਚਟਾਨਾਂ ਆ ਜਾਂਦੀਆਂ ਹੈਗੇ ਰੇ ਜਾਨੀ ਕਿ ਹਿਮਾਲਿਆ ਪਰਬਤ ਜਿਹੜਾ ਆਪਾਂ ਕਹਿੰਦੇ ਆਂ ਸੋ ਇਹ ਸਾਰੀਆਂ ਜਿਹੜੀਆਂ ਬਾਉਂਡਰੀ ਬਣਾਉਂਦੀਆਂ ਨੇ ਪੰਜਾਬ ਦੀਆਂ ਸੋ ਇਹ ਸ਼ਬਦ ਜਿਹੜੇ ਕਹੇ ਗਏ ਨੇ ਇਹ ਤਨੀਰਾਮ ਚਾਤ੍ਰਿਕ ਜੀ ਦੇ ਦੁਆਰਾ ਗਏਗੇ ਨੇ ਪੰਜਾਬ ਦੀਆਂ ਵਿਸ਼ੇਸ਼ਤਾਵਾਂ ਨੂੰ ਦੱਸਦੇ ਹੋਏ ਓਕੇ ਸੋ ਨੈਕਸਟ ਹੈ 4 ਨੰਬਰ ਕੁਐਸਚਨ ਭਾਸ਼ਾ ਤੇ ਆਧਾਰਿਤ ਪੰਜਾਬ ਦੀ ਵੰਡ ਕਦੋਂ ਹੋਈ ਸੋ ਆਪਸ਼ਨ 1 ਹੈ 15 ਅਗਸਤ 1947 ਆਪਸ਼ਨ 2 ਹੈ 1 ਨਵੰਬਰ 1966 ਆਪਸ਼ਨ 3 ਹੈ 12 ਅਗਸਤ 1901 ਅਤੇ ਆਪਸ਼ਨ 4 ਹੈ ਉਪਰੋਕਤ ਸਾਰੇ ਹੀ ਸੋ ਪੰਜਾਬ ਦੀ ਵੰਡ ਜਿਹੜੀ ਆ ਬਹੁਤ ਵਾਰ ਹੋ ਚੁੱਕੀ ਹੈ ਸੋ ਆਪਾਂ ਅਗਰ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕਰਗੇ ਤਾਂ ਤਿੰਨ ਵਾਰ ਇਸ ਦੀ ਜਿਹੜੀ ਵੰਡ ਹਨਾ ਉਹੀ ਹੈਗੀ ਆ ਸੋ 1901 ਦੇ ਵਿੱਚ ਪਹਿਲੀ ਵੰਡ ਹੁੰਦੀ ਹੈਗੀ ਆ ਫਿਰ 1911 ਦੇ ਵਿੱਚ ਹੁੰਦੀ ਹੈ ਫਿਰ 1900 47 ਦੇ ਵਿੱਚ ਵੰਡ ਹੁੰਦੀ ਹੈ ਤਾਂ ਇਹ ਆਜ਼ਾਦੀ ਤੋਂ ਪਹਿਲਾਂ ਦੀਆਂ ਤਿੰਨ ਵੰਡਾਂ ਨੇ ਇਸ ਤੋਂ ਬਾਅਦ ਚੌਥੀ ਵੰਡ ਹੁੰਦੀ ਹੈਗੀ 1 ਨਵੰਬਰ 1966 ਨੂੰ ਸੋ 1 ਨਵੰਬਰ 1966 ਨੂੰ ਜਿਹੜੀ ਵੰਡ ਹੁੰਦੀ ਹੈ ਸੋ ਇਸ ਨੂੰ ਭਾਸ਼ਾ ਦਾ ਆਧਾਰ ਬਣਾ ਕੇ ਪੰਜਾਬ ਨੂੰ ਵੱਖ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਹਰਿਆਣਾ ਨੂੰ ਕੁਝ ਭਾਗ ਜਿਹੜੇ ਹੈਗੇ ਆ ਉਹ ਦੇ ਦਿੱਤੇ ਜਾਂਦੇ ਹੈਗੇ ਨੇ ਠੀਕ ਹੈ ਔਰ ਇਸ ਤੋਂ ਇਲਾਵਾ ਕੁਝ ਪਾਰਟ ਜਿਹੜੇ ਹੈਗੇ ਨੇ ਉਹ ਹਿਮਾਚਲ ਪ੍ਰਦੇਸ਼ ਨੂੰ ਦੇ ਦਿੱਤੇ ਜਾਂਦੇ ਹੈਗੇ ਨੇਗੇ ਪੰਜਾਬ ਦੇ ਤਾਂ ਤਿੰਨ ਭਾਗਾਂ ਦੇ ਵਿੱਚੜਾ ਡਿਵਾਈਡ ਹੋ ਜਾਂਦਾ ਹੈ ਪੰਜਾਬ ਔਰ ਇਹ ਆਧਾਰ ਜਿਹੜਾ ਮੰਨਿਆ ਜਾਂਦਾ ਹੈ ਉਹ ਭਾਸ਼ਾ ਦੇ ਆਧਾਰ ਤੇ ਮੰਨਿਆ ਜਾਂਦਾ ਹੈ ਔਰ ਇਸੇ ਕਰਕੇ ਹੀ 1 ਨਵੰਬਰ ਨੂੰ ਪੰਜਾਬ ਦਿਵਸ ਜਿਹੜਾ ਹੈ ਉਹ ਮਨਾਇਆ ਜਾਂਦਾ ਹੈ ਨੈਕਸਟ ਹੈ 5 ਨੰਬਰ ਵਰਤਮਾਨ ਸਮੇਂ ਪੰਜਾਬ ਦੇ ਕਿੰਨੇ ਜ਼ਿਲ੍ਹੇ ਹਨ ਸੋ ਆਪਸ਼ਨਿਕ ਹੈ 22 ਜ਼ਿਲ੍ਹੇ ਹਨ ਆਪਸ਼ਨ 2 ਹੈ 23 ਜ਼ਿਲ੍ਹੇ ਹਨ ਆਪਸ਼ਨ 3 ਹੈ 20 ਜ਼ਿਲ੍ਹੇ ਹਨ ਅਤੇ ਆਪਸ਼ਨ 4 ਹੈ 24 ਹਨ ਸੋ ਵਰਤਮਾਨ ਸਮੇਂ ਜਿਹੜੇ ਪੰਜਾਬ ਦੇ ਜ਼ਿਲ੍ਹੇ ਨੇ ਉਹਨਾਂ ਦੀ ਸੰਖਿਆ 23 ਹੋ ਚੁੱਕੀ ਹੈਗੀ ਹੈ ਸੋ 23ਵਾਂ ਜ਼ਿਲ੍ਹਾ ਜਿਹੜਾ ਹੈ ਉਹ ਮਲੇਰਕੋਟਲਾ ਹੈਗਾ ਜੋ ਕਿ ਸੰਗਰੂਰ ਡਿਸਟ੍ਰਿਕਟ ਦੇ ਵਿੱਚੋਂ ਬਣਿਆ ਹੋਇਆ ਹੈ ਨੈਕਸਟ ਹੈ ਚੇਨ ਨੰਬਰ ਪੰਜਾਬ ਲਰਨਿੰਗ ਆਫ ਪੰਜਾਬੀ ਐਂਡ ਅਦਰ ਐਕਟ ਕਦੋਂ ਬਣਾਇਆ ਗਿਆ ਸਬਕਸ਼ਿਕ ਹੈ 2010 অপশন 2 ਹੈ 1968 অপশন 3 ਹੈ 1999 ਅਤੇ অপশন 4 ਹੈ 2008 ਸੋ ਪੰਜਾਬ ਲਰਨਿੰਗ ਆ ਪੰਜਾਬੀ ਐਂਡ ਅਦਰ ਐਕਟ ਸੋ ਇਹਦੇ ਅਧੀਨ ਪੰਜਾਬੀ ਲੈਂਗੁਏਜ ਨੂੰ ਜਿਹੜਾ ਹਨਾ ਕੈਸਾ ਦਿਆ ਹੈ ਗਿਆ ਇੱਕ ਜ਼ਰੂਰੀ ਭਾਸ਼ਾ ਦੇ ਰੂਪ ਦੇ ਵਿੱਚ ਜਿਹੜਾ ਰਾਜ ਭਾਸ਼ਾ ਦੇ ਰੂਪ ਦੇ ਵਿੱਚ ਇੱਕ ਪ੍ਰਮਾਨਤਾ ਜਿਹੜੀ ਮਿਲਦੀ ਹੈ ਦਫਤਰੀ ਭਾਸ਼ਾ ਮੰ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਜਿਹਦੇ ਅਕੋਰਡਿੰਗ ਸੋ ਇਹ ਜਿਹੜਾ ਹੈ 2008 ਦੇ ਵਿੱਚ ਲਾਗੂ ਕੀਤਾ ਜਾਂਦਾ ਹੈ ਕਿ ਪੰਜਾਬ ਲਰਨਿੰਗ ਆਫ ਪੰਜਾਬੀ ਐਂਡ ਅਦਰ ਐਕਟ ਜਨਨ ਕਿ ਪੰਜਾਬ ਦੇ ਵਿੱਚ ਪੰਜਾਬੀ ਜਿਹੜੀ ਹੈ ਉਹ ਦਫਤਰੀ ਭਾਸ਼ਾ ਦੇ ਰੂਪ ਦੇ ਵਿੱਚ ਕੰਮ ਕਰੂਗੀ ਇਸ ਤੋਂ ਇਲਾਵਾ ਜਿਹੜਾ ਕਹਿ ਸਕਦੇ ਹੈਗੇ ਹੈਗੇ ਕਿ ਹਰ ਇੱਕ ਸਟੂਡੈਂਟ ਜਿਹੜਾ ਸਕੂਲ ਦੇ ਵਿੱਚ ਪੜਦਾ ਹੈ ਠੀਕ ਆ ਉਹਦੇ ਲਈ 10ਵੀਂ ਤੱਕ ਜਿਹੜੀ ਹੈ ਉਹ ਪੰਜਾਬੀ ਜ਼ਰੂਰੀ ਹੈ ਪੰਜਾਬੀ ਤੋਂ ਬਿਨਾ ਉਹ ਜਿਹੜਾ ਕਹਿ ਸਕਦੇ ਹੈਗੇ ਅੰਗੇ ਕੋਈ ਵੀ ਸਰਟੀਫਿਕੇਟ ਜਿਹੜਾ ਹੈ ਉਹ ਦੇ ਨਹੀਂ ਸਕਦੇ ਕਿਸੇ ਵੀ ਸਟੂਡੈਂਟ ਨੂੰ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਪਰ ਓਕੇ ਸੋ ਨੈਕਸਟ ਹੈ 7 ਨੰਬਰ ਪੰਜਾਬ ਦੀ ਰਾਜ ਭਾਸ਼ਾ ਹੈ ਸੋ ਆਪਸ਼ਨ 1 ਹੈ ਹਿੰਦੀ ਆਪਸ਼ਨ 2 ਹੈ ਸੰਸਕ੍ਰਿਤ ਆਪਸ਼ਨ 3 ਹੈ ਉਰਦੂ ਅਤੇ ਆਪਸ਼ਨ 4 ਹੈ ਪੰਜਾਬੀ ਸੋ ਵੈਸੇ ਦਾ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਬਟ ਇਹਨਾਂ ਦੇ ਵਿੱਚੋਂ ਅਗਰ ਗੱਲ ਕਰਕੇ ਰਾਜ ਭਾਸ਼ਾ ਦੀ ਸੋ ਰਾਜ ਭਾਸ਼ਾ ਜਿਹੜੀ ਹੈ ਉਹ ਪੰਜਾਬੀ ਆ ਜਾਂਦੀ ਹੈ ਸੋ ਨੈਕਸਟ ਹੈ 8 ਨੰਬਰ ਪੰਜਾਬੀ ਭਾਸ਼ਾ ਨੂੰ ਕਦੋਂ ਰਾਜ ਭਾਸ਼ਾ ਘੋਸ਼ਿਤ ਕੀਤਾ ਗਿਆ ਸੀ ਸੋ ਆਪਸ਼ਨ 1 ਹੈ 1968 ਦੇ ਵਿੱਚ ਆਪਸ਼ਨ 2 ਹੈ 1947 ਦੇ ਵਿੱਚ ਆਪਸ਼ਨ 3 ਹੈ 1984 ਦੇ ਵਿੱਚ ਅਤੇ ਆਪਸ਼ਨ 4 ਹੈ 1900 ਇੱਕ ਦੇ ਵਿੱਚ ਸੋ ਰਾਜ ਭਾਸ਼ਾ ਜਿਹੜੀ ਹੈ ਉਹ ਕੋਸ਼ਿਤ ਕੀਤਾ ਗਿਆ ਸੀਗਾ 1966 ਦੇ ਵਿੱਚ 1 ਨਵੰਬਰ ਨੂੰ ਜਦੋਂ ਪੰਜਾਬ ਦੀ ਵੰਡ ਹੋਈ ਸੀ ਤਾਂ ਉਸ ਸਮੇਂ ਜਿਹੜਾ ਹੈ ਭਾਸ਼ਾ ਨੂੰ ਹੀ ਆਧਾਰ ਬਣਾ ਕੇ ਜਿਹੜਾ ਹਨਾ ਵੰਡ ਹੋਈ ਸੀਗੀ ਇਹਦੀ ਨੈਕਸਟ ਹੈ 9 ਨੰਬਰ ਵਿਕੀਪੀਡੀਆ ਦੇ ਅਨੁਸਾਰ ਪਾਕਿਸਤਾਨ ਦੇ ਵਿੱਚ ਕਿੰਨੇ ਲੋਕ ਪੰਜਾਬੀ ਭਾਸ਼ਾ ਬੋਲਦੇ ਹਨ ਆਪਸ਼ਨ 1 ਹੈ 3 ਕਰੋੜ ਆਪਸ਼ਨ 2 ਹੈ 7 ਕਰੋੜ ਆਪਸ਼ਨ 3 ਹੈ 8 ਕਰੋੜ ਅਤੇ ਆਪਸ਼ਨ 4 ਹੈ 2.4 ਕਰੋੜ ਸੋ ਵਿਕੀਪੀਡੀਆ ਦੇ ਅਨੁਸਾਰ ਪਾਕਿਸਤਾਨ ਦੇ ਵਿੱਚ ਸਭ ਤੋਂ ਵੱਧ ਸੰਖਿਆ ਆ ਜਾਂਦੀ ਹੈਗੀ ਆ ਪੰਜਾਬੀ ਬੋਲਣ ਵਾਲਿਆਂ ਦੀ ਸੋ ਤਕਰੀਬਨ ਤਕਰੀਬਨ 8 ਕਰੋੜ ਜਿਹੜੇ ਲੋਕ ਨੇਗੇ ਉਹ ਪੰਜਾਬੀ ਭਾਸ਼ਾ ਬੋਲਦੇ ਹੈਗੇ ਨੇ ਪੰਜਾਬ ਦੇ ਯਾਨਕੀ ਪਾਕਿਸਤਾਨ ਦੇ ਵਿੱਚ ਓਕੇ ਸੋ ਨੈਕਸਟ ਹੈ 10 ਨੰਬਰ ਪੰਜਾਬੀ ਭਾਸ਼ਾ ਕਿੰਨੇ ਸਾਲ ਪੁਰਾਣੀ ਭਾਸ਼ਾ ਹੈ ਸੋ ਆਪਸ਼ਨ 1 ਹੈ 120 ਸਾਲ ਪੁਰਾਣੀ ਆਪਸ਼ਨ 2 ਹੈ 500 ਸਾਲ ਪੁਰਾਣੀ ਆਪਸ਼ਨ 3 ਹੈ 1000 ਸਾਲ ਪੁਰਾਣੀ ਅਤੇ ਆਪਸ਼ਨ 4 ਹੈ 1300 ਸਾਲ ਪੁਰਾਣੀ ਸੋ ਪੰਜਾਬੀ ਭਾਸ਼ਾ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਕਾਫੀ ਪੁਰਾਣਾ ਰਿਹਾ ਹੈ ਬਟ ਅਗਰ ਇਸ ਭਾਸ਼ਾ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਅੱਜ ਤੋਂ ਤਕਰੀਬਨ ਜਿਹੜਾ ਹੈ 1000 ਸਾਲ ਪਹਿਲਾਂ ਇਹ ਭਾਸ਼ਾ ਜਿਹੜੀ ਹੈ ਉਹ ਹੋਣ ਦੇ ਵਿੱਚ ਆਉਣਾ ਸ਼ੁਰੂ ਹੋ ਗਈ ਸੀ ਨੈਕਸਟ ਹੈ 11 ਨੰਬਰ ਪੰਜਾਬੀ ਭਾਸ਼ਾ ਦਾ ਜਨਮ ਕਿਹੜੀ ਸਦੀ ਦੇ ਵਿੱਚ ਹੋਇਆ ਹੈ ਸੋ ਆਪਸ਼ਨ 1 ਹੈ 5ਵੀਂ ਸਦੀ ਦੇ ਵਿੱਚ ਆਪਸ਼ਨ 2 ਹੈ 10ਵੀਂ 11ਵੀਂ ਸਦੀ ਦੇ ਵਿੱਚ ਆਪਸ਼ਨ 3 ਹੈ 9ਵੀਂ ਸਦੀ ਦੇ ਵਿੱਚ ਅਤੇ ਆਪਸ਼ਨ 4 ਹੈ 12ਵੀਂ ਸਦੀ ਦੇ ਵਿੱਚ ਸੋ ਪੰਜਾਬੀ ਭਾਸ਼ਾ ਦਾ ਜਿਹੜਾ ਜਨਮ ਹੈ ਸੋ ਇਸ ਸਦੀ ਦੇ ਵਿੱਚ ਮੰਨਿਆ ਜਾਂਦਾ ਹੈ 10ਵੀਂ 11ਵੀਂ ਸਦੀ ਦੇ ਵਿੱਚ ਫਿਰ ਸਦੀ ਤੋਂ ਮੰਨਿਆ ਜਾਂਦਾ ਹੈ ਕਿ ਪੰਜਾਬੀ ਭਾਸ਼ਾ ਜਿਹੜੀ ਆ ਉਹ ਹੋਣ ਦੇ ਵਿੱਚ ਆ ਚੁੱਕੀ ਸੀਗੀ ਨੈਕਸਟ ਹੈ 12 ਨੰਬਰ ਪ੍ਰਾਣੀ ਅਤੇ ਮੱਧ ਕਾਲੀ ਪੰਜਾਬੀ ਭਾਸ਼ਾ ਦੀਆਂ ਬਨਗੀਆਂ ਮਿਲਦੀਆਂ ਹਨ ਸਬਕਸ਼ਿਕ ਹੈ ਗੋਰਖਨਾਥ অপਸ਼ਨ 2 ਹੈ ਬਾਬਾ ਫਰੀਦ ਜੀ অপਸ਼ਨ 3 ਹੈ ਦਮੋਦਰ ਅਤੇ অপਸ਼ਨ ਜਾ ਰਿਹਾ ਹੈ ਵਾਰਿਸ਼ਾ ਅਤੇ ਅਪਰੁਕਤ ਸਾਰੇ ਸੋ ਗੱਲ ਕੀਤੀ ਗਈ ਹੈ ਕਿ ਪ੍ਰਾਣੀ ਅਤੇ ਮਦਕਾਲੀ ਜਾਨਕੀ ਸ਼ੁਰੂਆਤ ਤੋਂ ਜਿਹੜੀ ਗੱਲ ਕਰ ਗਏ ਹੈ ਨਾ ਕਿ ਜਿਹੜੀ ਭਾਸ਼ਾ ਹੈ ਪੰਜਾਬੀ ਉਸ ਦੇ ਵਿੱਚ ਕਿਹੜੀਆਂ ਕਿਹੜੀਆਂ ਰਚਨਾਵਾਂ ਦੇਖਣ ਨੂੰ ਮਿਲਦੀਆਂ ਨੇ ਜਾਂ ਜਿਨ੍ਹਾਂ ਨੇ ਯੋਗਦਾਨ ਪਾਇਆ ਹੈ ਇਸ ਭਾਸ਼ਾ ਨੂੰ ਡਿਵੈਲਪ ਕਰਨ ਦੇ ਲਈ ਸ਼ੁਰੂਆਤ ਦੇ ਵਿੱਚ ਉਹ ਕਿਹੜੇ ਕਿਹੜੇ ਆ ਬਣ ਗੀਆਂ ਨੇ ਜਾਂ ਲੋਕ ਨੇ ਸਦੇ ਵਿੱਚ ਗੋਰਖਨਾਥ ਬਾਬਾ ਫਰੀਦ ਜੀ ਦਮੋਦਰ ਵਾਰਿਸ਼ਾ ਇਹ ਕੁਝ ਇੰਪੋਰਟੈਂਟ ਲੋਕ ਨੇ ਪਰਸਨ ਨੇ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਡਿਵੈਲਪ ਕਰਨ ਦੇ ਵਿੱਚ ਆਪਣਾ ਇੱਕ ਪ੍ਰਮੁੱਖ ਯੋਗਦਾਨ ਜਿਹੜਾ ਹੈ ਉਹ ਪਾਇਆ ਹੈ ਨੈਕਸਟ ਹੈ 13 ਨੰਬਰ ਕੁਐਸਚਨ ਆਧੁਨਿਕ ਕਾਲ ਵਿੱਚ ਅਜੋਕੀ ਪੰਜਾਬੀ ਭਾਸ਼ਾ ਦਾ ਸਰੂਪ ਨਿਕਲਿਆ ਹੈ ਜੋ ਟਕਸਾਲੀ ਭਾਸ਼ਾ ਪੰਜਾਬੀ ਵੱਜੂ ਪ੍ਰਭਾਵਨ ਹੋਇਆ ਹੈ ਸੋ ਇਹ ਕਿਸ ਕਾਲ ਤੋਂ ਬਾਅਦ ਵਿਕਸਿਤ ਹੋਇਆ ਮੰਨਿਆ ਜਾਂਦਾ ਹੈ ਜਾਨੀ ਕਿ ਟਕਸਾਲੀ ਪੰਜਾਬੀ ਜਿਹੜੀ ਹੈ ਉਹ ਕਦੋਂ ਤੋਂ ਵਿਕਸਿਤ ਹੋਈ ਹੈ ਸੋ ਆਪਸ਼ਨ 1 ਹੈ ਸਿੱਖ ਗੁਰੂ ਕਾਲ ਤੋਂ ਬਾਅਦ ਆਪਸ਼ਨ 2 ਹੈ ਮਹਾਰਾਜਾ ਰਣਜੀਤ ਸਿੰਘ ਕਾਲ ਤੋਂ ਬਾਅਦ ਆਪਸ਼ਨ 3 ਹੈ ਅੰਗਰੇਜ਼ੀ ਕਾਲ ਤੋਂ ਬਾਅਦ ਅਤੇ ਆਪਸ਼ਨ 4 ਹੈ ਉਪਰੋਕਤ ਸਾਰੇ ਹੀ ਸੋ ਪੰਜਾਬੀ ਭਾਸ਼ਾ ਅਜੇ ਤੋਂ 10ਵੀਂ 11ਵੀਂ ਸਦੀ ਦੇ ਵਿੱਚ ਡਿਵੈਲਪ ਹੋਈ ਬਟ ਹੌਲੀ-ਹੌਲੀ ਇਸ ਦਾ ਵਿਕਾਸ ਜਿਹੜਾ ਹੈ ਹੁੰਦਾ ਰਿਹਾ ਹੈ ਜਿਸ ਦੇ ਨਾਲ ਇਸ ਦਾ ਜਿਹੜਾ ਸਰੂਪ ਹੈ ਜਿਹੜਾ ਰੂਪ ਹੈ ਉਹ ਨਿਖਰਦਾ ਰਿਹਾ ਹੈ ਡਿਵੈਲਪ ਹੁੰਦਾ ਰਿਹਾ ਹੈ ਅਤੇ ਅੰਤ ਦੇ ਵਿੱਚ ਆ ਕੇ ਜਿਹੜਾ ਇਹ ਇੱਕ ਟਕਸਾਲੀ ਪੰਜਾਬੀ ਰੂਪ ਦੇ ਵਿੱਚ ਵਿਕਸਿਤ ਹੁੰਦੀ ਹੈਗੀ ਆ ਪ੍ਰਵਾਨ ਕੀਤਾ ਜਾਂਦਾ ਹੈ ਇਸ ਨੂੰ ਤੇ ਇਸ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਟਕਸਾਲੀ ਪੰਜਾਬੀ ਦੀ ਤਾਂ ਉਹ ਹੁੰਦੀ ਹੈਗੀ ਇਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਹੈ ਇਸ ਨੂੰ ਟਕਸਾਲੀ ਰੂਪ ਦਿੱਤਾ ਜਾਂਦਾ ਹੈਗਾ ਜਿਸ ਨੂੰ ਨਾ ਪ੍ਰਮਾਨਤਾ ਦਿੱਤੀ ਜਾਂਦੀ ਹੈਗੀ ਆ ਸੋ ਨੈਕਸਟ ਹੈ 14 ਨੰਬਰ ਪੰਜਾਬ ਦਾ ਸੱਭਿਆਚਾਰ ਸਾਹਿਤ ਸਿੱਖਿਆ ਅਤੇ ਹੋਰ ਲਿਖਤਾਂ ਦੀ ਪੰਜਾਬੀ ਦੀ ਕਿਹੜੀ ਭਾਸ਼ਾ ਦੇ ਵਿੱਚ ਮਿਲਦੀਆਂ ਹਨ ਸੋ ਆਪਸ਼ਨ 1 ਹੈ ਟਕਸਾਲੀ ਦੇ ਵਿੱਚ ਆਪਸ਼ਨ 2 ਹੈ ਮਲਵਈ ਦੇ ਵਿੱਚ ਆਪਸ਼ਨ 3 ਹੈ ਦੁਆਬੀ ਦੇ ਵਿੱਚ ਅਤੇ ਆਪਸ਼ਨ 4 ਹੈ ਪੋਠੋਹਾਰੀ ਦੇ ਵਿੱਚ ਸੋ ਪੰਜਾਬ ਦਾ ਸੱਭਿਆਚਾਰ ਪੰਜਾਬ ਦਾ ਸਾਹਿਤ ਠੀਕ ਹੈ اور ਸਿੱਖਿਆ ਅਤੇ ਹੋਰ ਜਿੰਨੀਆਂ ਵੀ ਲਿਖਤਾਂ ਜਿਹੜੀਆਂ ਤਕਰੀਬਨ ਮਿਲਦੀਆਂ ਨੇ ਸੋ ਉਹਨਾਂ ਸਾਰੀਆਂ ਨੂੰ ਹੀ ਤਕਰੀਬਨ ਜਿਹੜਾ ਹੈ ਉਹ ਟਕਸਾਲੀ ਭਾਸ਼ਾ ਦੇ ਵਿੱਚ ਲਿਖਿਆ ਜਾਂਦਾ ਹੈ ਸੋ ਅਕਸਰ ਜਿਹੜਾ ਕੁਐਸਚਨ ਆਉਂਦਾ ਹੁੰਦਾ ਹੈ ਕਿ ਜਿਹੜੀਆਂ ਲਿਖਤਾਂ ਨੇਗੀਆਂ ਪੰਜਾਬ ਦੀਆਂ ਸੋ ਉਹਨੂੰ ਲਿਖਣ ਦੇ ਲਈ ਕਿਹੜੀ ਭਾਸ਼ਾ ਪ੍ਰਯੋਗ ਕੀਤੀ ਜਾਂਦੀ ਹੈ ਤਾਂ ਟਕਸਾਲੀ ਭਾਸ਼ਾ ਜਿਹੜੀ ਹੈ ਉਸ ਦਾ ਇਸਤੇਮਾਲ ਇਸ ਦੇ ਵਿੱਚ ਕੀਤਾ ਜਾਂਦਾ ਹੈਗਾ ਓਕੇ ਸੋ ਨੈਕਸਟ ਹੈ 15 ਨੰਬਰ ਪੰਜਾਬੀ ਕਿਸ ਭਾਸ਼ਾ ਪਰਿਵਾਰ ਦੇ ਵਿੱਚੋਂ ਪੈਦਾ ਹੋਈ ਹੈ ਸੋ অপਸ਼ਨ 1 ਹੈ ਸੰਸਕ੍ਰਿਤ ਦੇ ਵਿੱਚੋਂ অপਸ਼ਨ 2 ਹੈ ਆਰਿਆ ਭਾਸ਼ਾ ਦੇ ਵਿੱਚੋਂ অপਸ਼ਨ 3 ਹੈ ਹਿੰਦੀ ਭਾਸ਼ਾ ਦੇ ਵਿੱਚੋਂ ਅਤੇ অপਸ਼ਨ 4 ਹੈ ਉਰਦੂ ਭਾਸ਼ਾ ਦੇ ਵਿੱਚੋਂ ਸੋ ਪੰਜਾਬੀ ਭਾਸ਼ਾ ਦੇ ਨਿਰਮਾਣ ਦੀ ਗੱਲ ਕਰੀਏ ਜਾਂ ਪ੍ਰਵਾਣ ਦੀ ਪਰਿਵਾਰ ਦੀ ਗੱਲ ਕਰੀਏ ਤਾਂ ਇਸ ਦਾ ਪਰਿਵਾਰ ਜਿਹੜਾ ਹੈ ਜਿਹੜਾ ਪਛੋਕਰ ਜਿਹੜਾ ਰਿਹਾ ਹੈ ਉਹ ਆਰਿਆ ਭਾਸ਼ਾ ਪਰਿਵਾਰ ਰਿਹਾ ਹੈ ਸੋ ਇਸ ਦੇ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਲੈਂਗੁਏਜ ਉਹ ਡਿਵੈਲਪ ਹੋਈਆਂ ਸੀ ਔਰ ਉਹਨਾਂ ਦੇ ਵਿੱਚੋਂ ਹੀ ਇੱਕ ਜਿਹੜੀ ਹੈ ਉਹ ਪੰਜਾਬੀ ਵੀ ਰਹੀ ਸੀਗੀ ਨੈਕਸਟ ਹੈ 16 ਨੰਬਰ ਆਰਿਆ ਭਾਸ਼ਾ ਪਰਿਵਾਰ ਦੀਆਂ ਭਾਸ਼ਾਵਾਂ ਹਨ ਸੋ ਆਪਸ਼ਨ 1 ਹੈ ਹਿੰਦੀ ਆਪਸ਼ਨ 2 ਹੈ ਸਿੰਧੀ ਆਪਸ਼ਨ 3 ਹੈ ਬੰਗਾਲੀ ਅਤੇ ਆਪਸ਼ਨ 4 ਹੈ ਮਰਾਠੀ ਅਤੇ ਉਪਰੋਕਤ ਸਾਰੇ ਸੋ ਆਰਿਆ ਭਾਸ਼ਾ ਪਰਿਵਾਰ ਦੇ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਲੈਂਗੁਏਜ ਨਿਕਲੀਆਂ ਸੀ ਉਹਨਾਂ ਦੇ ਵਿੱਚੋਂ ਪੰਜਾਬੀ ਵੀ ਰਹੀ ਸੀ ਬਟ ਇਹਨਾਂ ਦੇ ਵਿੱਚ ਕੁਝ ਪ੍ਰਮੁੱਖ ਭਾਸ਼ਾਵਾਂ ਨੇ ਇਹ ਸਾਰੀਆਂ ਹੀ ਹਿੰਦੀ ਸਿੰਧੀ ਬੰਗਾਲੀ ਮਰਾਠੀ ਉੜੀਆ ਠੀਕ ਹੈ ਔਰ ਇਹ ਸਾਰੀਆਂ ਜਿਹੜੀਆਂ ਭਾਸ਼ਾਵਾਂ ਸੀਗੀਆਂ ਜਿਹੜੀਆਂ ਕਿ ਆਰਿਆ ਭਾਸ਼ਾ ਪਰਿਵਾਰ ਦੇ ਵਿੱਚੋਂ ਨਿਕਲੀਆਂ ਸੀਗੀਆਂ ਬਾਅਦ ਦੇ ਵਿੱਚ ਅਲੱਗ-ਅਲੱਗ ਜਿਹੜੀਆਂ ਹਨ ਇਹ ਡਿਵਾਈਡ ਹੋ ਗਈਆਂ ਸੀਗੀਆਂ ਨੈਕਸਟ ਹੈ 17 ਨੰਬਰ ਭਾਰਤੀ ਆਰੀਆ ਭਾਸ਼ਾ ਮੰਦ ਦੀ ਕਤਾਰ ਵਿੱਚ ਪੰਜਾਬੀ ਜਿਹੜੀ ਹੈ ਉਹ ਕਿੰਨੇਵੇਂ ਸਥਾਨ ਦੇ ਉੱਪਰ ਆਉਂਦੀ ਹੈ ਸੋ ਆਪਸ਼ਨ 1 ਹੈ ਪੰਜਵੇਂ ਆਪਸ਼ਨ 2 ਹੈ ਸੱਤਵੇਂ ਆਪਸ਼ਨ 3 ਹੈ ਪਹਿਲੇ ਅਤੇ ਆਪਸ਼ਨ 4 ਹੈ ਦੂਜੇ ਆਰੀਆ ਭਾਸ਼ਾ ਮੰਦ ਦੇ ਵਿੱਚੋਂ ਪਰਿਵਾਰ ਦੇ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਭਾਸ਼ਾ ਮਿਕਲੀਆਂ ਸੀ ਅਗਰ ਅਸੀਂ ਪੰਜਾਬੀ ਭਾਸ਼ਾ ਦੀ ਗੱਲ ਕਰੀਏ ਕਿ ਆਰੀਆ ਭਾਸ਼ਾ ਪਰਿਵਾਰ ਦੇ ਵਿੱਚ ਕਿੰਨੇਵੇਂ ਸਥਾਨ ਦੇ ਉੱਪਰ ਆਉਂਦੀ ਹੈ ਤਾਂ ਪੰਜਾਬੀ ਜਿਹੜੀ ਹੈ ਉਹ ਪਹਿਲੇ ਸਥਾਨ ਦੇ ਉੱਪਰ ਆ ਜਾਂਦੀ ਹੈ ਕਿ ਆ ਨੈਕਸਟ ਹੈ 18 ਨੰਬਰ ਆਰਿਆ ਭਾਸ਼ਾਵਾਂ ਦੀ ਕਤਾਰ ਦੇ ਵਿੱਚ ਅਖੀਰਲੇ ਸਥਾਨ ਤੇ ਕਿਹੜੀ ਭਾਸ਼ਾ ਹੁੰਦੀ ਹੈ ਜਾਨੀ ਕਿ ਆਖਿਰ ਦੇ ਵਿੱਚ ਜਿਹੜੀ ਭਾਸ਼ਾ ਆਉਂਦੀ ਹੈਗੀ ਆ ਕੀ ਆਰਿਆ ਪਰਿਵਾਰ ਦੇ ਵਿੱਚ ਤਾਂ ਉਹ ਕਿਹੜੀ ਭਾਸ਼ਾ ਹੈ ਸੋ ਆਪਸ਼ਨ 1 ਹੈ ਹਿੰਦੀ ਆਪਸ਼ਨ 2 ਹੈ ਸੰਸਕ੍ਰਿਤ ਆਪਸ਼ਨ 3 ਹੈ ਉੜੀਆ ਅਤੇ ਆਪਸ਼ਨ 4 ਹੈ ਪੰਗਾਲੀ ਆਰਿਆ ਭਾਸ਼ਾਵਾਂ ਦੀ ਕਤਾਰ ਦੇ ਵਿੱਚ ਅਖੀਰਲੇ ਸਥਾਨ ਉੱਪਰ ਭਾਸ਼ਾ ਮਿਲਦੀ ਹੈਗੀ ਬੰਗਾਲੀ ਭਾਸ਼ਾ ਨੈਕਸਟ ਹੈ 19 ਨੰਬਰ ਪੰਜਾਬੀ ਦੀਆਂ ਕਿਹੜੀਆਂ ਧੁਨੀਆਂ ਦਾ ਉਚਾਰਨ ਹੋਰ ਕਿਸੇ ਬੋਲੀ ਵਿੱਚ ਨਹੀਂ ਹੁੰਦਾ ਸੋ ਆਪਸ਼ਨ 1 ਹੈ ਕਗਾ ਝਜਾ ਟੱਡਾ ਤੱਦਾ ਤੇ ਪੱਬਾ ਆਪਸ਼ਨ 2 ਹੈ ਨਾਣਾ ਨਈਆ ਝਜਾ ਪੱਪਾ ਤੇ 바ਵਾ ਅਤੇ ਆਪਸ਼ਨ 3 ਹੈ ਟੈਂਕਾ ਠੱਠਾ ਕਗਾ ਈੜੀ ਤੇ ਊੜਾ ਅਤੇ ਆਪਸ਼ਨ 4 ਹੈ ਆੜਾ ਮੱਮਾ ਆੜਾ ਤੇ ਤਤਾ ਸੋ ਪੰਜਾਬੀ ਦੀਆਂ ਤੁਨੀਆਂ ਨੇ ਜਿਨ੍ਹਾਂ ਨੂੰ ਉਚਾਰਿਆ ਜਾਂਦਾ ਹੈ ਬਟ ਇਹ ਪੰਜਾਬੀ ਦੇ ਵਿੱਚ ਹੀ ਮਿਲਦੀਆਂ ਕਿਸੇ ਹੋਰ ਭਾਸ਼ਾ ਦੇ ਵਿੱਚ ਇਹਦਾ ਉਚਾਰਨ ਦੇਖ ਨੂੰ ਨਹੀਂ ਮਿਲਦਾ ਸੋ ਇਹ ਕਿਹੜੀਆਂ ਤੁਨੀਆਂ ਨੇ ਸੋ ਰਾਈਟ ਆਨਸਰ ਤਾਂ ਹੈ ਏ ਘੱਗਾ ਛੱਜਾ ਟੱਡਾ ੱਧਾ ਤੇ ਪੱਬਾ ਇਹ ਪੰਜ ਤੁਨੀਆਂ ਜਿਹੜੀਆਂ ਹੈਗੀਆਂ ਨੇ ਇਹਦਾ ਉਚਾਰਨ ਸਿਰਫ ਅਤੇ ਸਿਰਫ ਪੰਜਾਬੀ ਦੇ ਵਿੱਚ ਹੀ ਮਿਲਦਾ ਹੈ ਹੋਰ ਕਿਸੇ ਭਾਸ਼ਾ ਦੇ ਵਿੱਚ ਜਿਹੜਾ ਕਹਿ ਸਕਦੇ ਆ ਇਸਦਾ ਉਚਾਰਨ ਦੇਖਣ ਨੂੰ ਨਹੀਂ ਮਿਲਦਾ ਸੋ ਇਸ ਨੂੰ ਵੱਖ ਕਰਦੀ ਹੈ ਭਾਸ਼ਾਵਾਂ ਤੋਂ ਪੰਜਾਬੀ ਨੂੰ ਨੈਕਸਟ ਹੈ ਬੀ ਨੰਬਰ ਪੰਜਾਬੀ ਵਿੱਚ ਕੁੱਲ ਕਿੰਨੀਆਂ ਧੁਨੀਆਂ ਹਨ ਸੋ ਆਪਸ਼ਨ 1 ਹੈ 34 ਨੇ ਆਪਸ਼ਨ 2 ਹੈ 67 ਹਨ ਆਪਸ਼ਨ 3 ਹੈ 41 ਹਨ ਅਤੇ ਆਪਸ਼ਨ 4 ਹੈ 35 ਹਨ ਤਾਂ ਪੰਜਾਬੀ ਦੇ ਵਿੱਚ ਕੁੱਲ ਧੁਨੀਆਂ ਦੀ ਗੱਲ ਕਰੀਏ ਤਾਂ ਧੁਨੀਆਂ ਜਿਹੜੀਆਂ ਆ ਜਾਂਦੀਆਂ ਜਿਹੜੀਆਂ ਵੱਖ-ਵੱਖ ਆਵਾਜ਼ਾਂ ਪੈਦਾ ਕਰਦੀਆਂ ਨੇ ਸੋ ਉਹ ਟੋਟਲ 41 ਧੁਨੀਆਂ ਆ ਜਾਂਦੀਆਂ ਹੈਗੀਆਂ ਨੇ ਓਕੇ ਸੋ ਨੈਕਸਟ ਹੈ 21 ਨੰਬਰ ਪੰਜਾਬੀ ਭਾਸ਼ਾ ਦੇ ਮੰਤਰ ਵਿੱਚ ਕਿੰਨੀਆਂ ਪੌੜੀਆਂ ਕੰਮ ਕਰਦੀਆਂ ਹਨ ਆਪਸ਼ਨ 1 ਹੈ 3 অপশন 2 ਹੈ 4 অপশন 3 ਹੈ 2 ਅਤੇ অপশন 4 ਹੈ 5 ਪੰਜਾਬੀ ਭਾਸ਼ਾ ਨੂੰ ਬੰਤਰ ਦੇ ਤੌਰ ਦੇ ਉੱਪਰ ਅਗਰ ਨਿਰਮਾਣ ਕਰਨ ਦੀ ਗੱਲ ਕਰਗੇ ਤਾਂ ਉਸ ਨੂੰ ਕੰਮ ਕਰਾਉਂਦੇ ਲਈ ਜਾਨੀ ਕਿ ਉਸ ਨੂੰ ਹਨਾ ਬੋਲਣ ਜਾਂ ਉਚਾਰਨ ਦੇ ਵਿੱਚ ਜਿਹੜਾ ਕੰਮ ਕਰਾਉਂਦੇ ਹੈਗੇ ਨੇ ਉਹ ਪੰਜ ਪੌੜੀਆਂ ਜਿਹੜੀਆਂ ਆ ਜਾਂਦੀਆਂ ਨੇ ਸੌਰੀ ਚਾਰ ਪੌੜੀਆਂ ਜਿਹੜੀਆਂ ਆ ਜਾਂਦੀਆਂ ਹੈਗੀਆਂ ਨੇਗੀਆਂ ਜਾਨੀ ਕਿ ਚਾਰ ਪੌੜੀਆਂ ਜਿਹੜੀਆਂ ਕਲੀਅਰ ਕਰ ਦਿਆ ਨੇ ਕਿ ਪੰਜਾਬੀ ਦੀਆਂ ਕਿਹੜੀਆਂ ਧੁਨੀਆਂ ਜਿਹੜੀਆਂ ਨੇ ਉਹ ਕਿਸ ਤਰੀਕੇ ਦੇ ਨਾਲ ਵੰਡੀਆਂ ਹੋਈਆਂ ਨੇ ਠੀਕ ਹੈ ਸੋ ਚਾਰ ਨੇਗੀਆਂ ਬੀ ਅਨਸਰ ਰਾਈਟ ਹੈ ਨੈਕਸਟ ਹੈ ਬਈ ਨੰਬਰ ਪੰਜਾਬੀ ਭਾਸ਼ਾ ਦੀਆਂ ਚਾਰ ਪੌੜੀਆਂ ਹਨ ਸੋ ਆਪਸ਼ਨ 1 ਹੈ ਧੁਨੀਆਂ ਦੀ ਆਪਸ਼ਨ 2 ਹੈ ਸ਼ਬਦ ਰੂਪਾਂ ਦੀ ਆਪਸ਼ਨ 3 ਹੈ ਵਾਕਾਂ ਦੀ ਅਤੇ ਆਪਸ਼ਨ 4 ਹੈ ਅਰਥਾਂ ਅਤੇ ਉਪਰੋਕਤ ਸਾਰੇ ਹੀ ਤਾਂ ਪੰਜਾਬੀ ਭਾਸ਼ਾ ਨੇ ਜਿਹੜੇ ਧੁਨੀਆਂ ਨੇ ਠੀਕ ਹੈ ਉਹਨੂੰ ਚਾਰ ਪੌੜੀਆਂ ਦੇ ਵਿੱਚ ਵੰਡਿਆ ਗਿਆ ਹੈ ਸੋ ਪਹਿਲਾ ਹੈ ਧੁਨੀਆਂ ਦੇ ਆਧਾਰ ਦੇ ਉੱਪਰ ਜਿਹੜੀ ਉਚਾਰਨ ਹੁੰਦਾ ਹੈ ਇਸ ਤੋਂ ਬਾਅਦ ਸ਼ਬਦਾਂ ਦੇ ਰੂਪ ਦੇ ਵਿੱਚ ਜਿਹੜਾ ਇਸ ਨੂੰ ਡਿਫਾਈਨ ਕੀਤਾ ਜਾਂਦਾ ਫਿਰ ਇਸ ਨੂੰ ਵਾਕਾਂ ਦੇ ਰੂਪ ਦੇ ਵਿੱਚ ਫਿਰ ਇਸ ਨੂੰ ਅਰਥ ਜਿਹੜੇ ਨੇ ਉਹਨਾਂ ਦੇ ਆਧਾਰ ਦੇ ਉੱਪਰ ਚਾਰ ਪੌੜੀਆਂ ਬਣਾਈਆਂ ਗਈਆਂ ਨੇ ਜਿਹਦੇ ਆਧਾਰ ਤੇ ਉੱਪਰ ਚਾਰ ਪੌੜੀਆਂ ਕਲੀਅਰ ਕਰਦੀਆਂ ਨੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਕੀ ਕੁਝ ਜਿਹੜਾ ਸ਼ਾਮਲ ਹੈਗਾਗਾ ਨੈਕਸਟ ਹੈ 23 ਨੰਬਰ ਪੰਜਾਬੀ ਭਾਸ਼ਾ ਦੇ ਪਛਾਣ ਪਛਾਣ ਚ ਜਿਹੜੇ ਆ ਉਹ ਕਿੰਨੇ ਹਨ ਸੋ ਆਪਸ਼ਨ 1 ਹੈ 2 ਆਪਸ਼ਨ 2 ਹੈ 7 ਆਪਸ਼ਨ 3 ਹੈ 9 ਅਤੇ ਆਪਸ਼ਨ 4 ਹੈ 5 ਤਾਂ ਪੰਜਾਬੀ ਭਾਸ਼ਾ ਦੇ ਪਹਿਚਾਣ ਚਿੰਨ ਜਿਹਦੇ ਨਾਲ ਅਸੀਂ ਇਹ ਕਹਿ ਸਕਦੇ ਕਿ ਪੰਜਾਬੀ ਭਾਸ਼ਾ ਨੂੰ ਪਛਾਣ ਸਕਦੇ ਹਾਂ ਕਿ ਪੰਜਾਬੀ ਭਾਸ਼ਾ ਹੀ ਹੈ ਜਾਂ ਕੁਝ ਹੋਰ ਭਾਸ਼ਾ ਹੈਗੀ ਹੈ ਠੀਕ ਹੈ ਤਾਂ ਇਦ ਲਈ ਜਿਹੜੇ ਹੈ ਗਿਣਨੇਗੇ ਸੋ ਪੰਜ ਪ੍ਰਕਾਰ ਦੇ ਜਿਹੜੇ ਪਛਾਣ ਚਿੰਨ ਬਣਾਏ ਗਏ ਨੇ ਜਿਹਨੂੰ ਆਧਾਰ ਬਣਾ ਕੇ ਅਸੀਂ ਇਹ ਕਲੀਅਰ ਕਰ ਸਕਦੇ ਹਾਂ ਕਿ ਇਹ ਵਾਕਏ ਹੀ ਪੰਜਾਬੀ ਭਾਸ਼ਾ ਹੈਗੀ ਆ ਜਾਂ ਕਿਸੇ ਹੋਰ ਭਾਸ਼ਾ ਨੂੰ ਕਿਹਾ ਜਾਂਦਾ ਹੈ ਸੋ 24 ਨੰਬਰ ਕੁਐਸਚਨ ਹੈ ਪੰਜਾਬੀ ਸੁਰਾਤਮਕ ਭਾਸ਼ਾ ਦੇ ਚਿੰਨ ਦੀ ਉਦਾਹਰਣ ਦੱਸੋ ਸਬਸ਼ਨਿਕ ਹੈ ਚਾਹ ਆਪਸ਼ਨ 2 ਹੈ ਚਾਹ ਜਿਹਨੂੰ ਅਸੀਂ ਚਾਹ ਦੀ ਪੱਤੀ ਕਹਿੰਦੇ ਆ ਹਨਾ ਸੋ ਆਪਸ਼ਨ 3 ਹੈ ਊੜੇ ਠੀਕ ਹੈ ਸੋ ਇਹ ਜਿਹੜੇ ਤਿੰਨ ਜਿਹੜੇ ਕਸਤੇ ਹੈਗੇ ਆ ਕਿ ਉਹਦੇ ਨਾਲ ਜਿਹੜੇ ਹਨਾ ਲਾਮਾਂ ਲਗਾਈਆਂ ਹੋਈਆਂ ਨੇ ਸੋਧੇਦਾਰ ਦੇ ਉੱਪਰ ਆ ਜਾਂਦਾ ਹੈ ਅਤੇ ਆਪਸ਼ਨ 4 ਹੈ A ਔਰ B ਆਪਸ਼ਨ ਸੋ ਪਹਿਲਾ ਚਿੰਨਾਤਮਕ ਜਿਹੜਾ ਹੈ ਜਿਹਦੇ ਨਾਲ ਅਸੀਂ ਪਛਾਣ ਕਰ ਸਕਦੇ ਹਾਂ ਕਿ ਪੰਜਾਬੀ ਭਾਸ਼ਾ ਹੈ ਜਾਂ ਨਹੀਂ ਹੈ ਸੋਨਾ ਸুইস ਦੇ ਲਈ ਸਾਨੂੰ ਜਿਹੜਾ ਕਹਿ ਸਕਦੇ ਹੈਗੇ ਆਗੇ ਕਿ ਇੱਕ ਕਨਸੈਪਟ ਮਿਲਦਾ ਹੈ ਜਿਹਦੇ ਵਿੱਚ ਅਸੀਂ ਪੰਜਾਬੀ ਦੇ ਵਿੱਚ ਅਕਸਰ ਚਾ ਇੱਕ ਚਾਹ ਹੁੰਦਾ ਹੈ ਨਾ ਜਾਨੀ ਕਿ ਕਿਸੇ ਦੀ ਖੁਸ਼ੀ ਮਨਾਉਣਾ ਕੋਈ ਚਾਹ ਹੋ ਜਾਣਾ ਪਾਸ ਹੋ ਗਿਆ ਤਾਂ ਉਸ ਦੀ ਚਾਹ ਬਣਾ ਲੈਣਾ ਸਣਾ ਉਹ ਚੀਜ਼ ਆ ਜਾਂਦੀ ਹੈ ਇੱਕ ਚਾਹ ਉਸੇ ਦੇ ਨਾਲ ਜਿਹਨੂੰ ਅਸੀਂ ਹਾਹੇ ਦੇ ਨਾਲ ਲਿਖਦੇ ਹੈਗੇ ਆਂਗੇ ਸੋ ਕੀ ਆ ਜਾਂਦਾ ਹੈ ਚਾਹ ਦੀ ਪੱਤੀ ਸੋ ਇਸ ਨੂੰ ਅਸੀਂ ਚਾਹ ਦੇ ਲਈ ਇਸਤੇਮਾਲ ਕਰਦੇ ਹਾਂ ਇੱਕ ਚਾਹ ਜਿਹੜਾ ਇਹਨੂੰ ਕਹਿੰਦੇ ਨੇ ਅਸੀਂ ਖੁਸ਼ੀ ਮਨਾਉਣਾ ਇੱਕ ਚਾਹ ਜਿਹੜੀ ਜਿਸ ਨੂੰ ਚਾਹ ਦੀ ਪੱਤੀ ਜਿਹੜਾ ਅਸੀਂ ਚਾਹ ਦੇ ਲਈ ਇਸਤੇਮਾਲ ਕਰਦੇ ਹਾਂ ਸੋ ਇਹਦੇ ਆਧਾਰ ਦੇ ਉੱਪਰ ਅਸੀਂ ਜਿਹੜਾ ਹੈ ਨਾ ਚਿੰਨਾ ਦੀ ਪਛਾਣ ਕਰ ਸਕਦੇ ਹਾਂ ਕਿ ਦੇ ਸੁਰਾਤਮਕ ਬੋਲਣ ਦੀ ਜਿਹੜੀ ਪ੍ਰਕਿਰਿਆ ਹੈ ਉਹਦੇ ਆਧਾਰ ਦੇ ਉੱਪਰ ਇੱਕ ਚਾਹ ਚਾਹ ਇੱਕ ਚਾਹ ਜਿਹੜੀ ਚਾਹ ਦੀ ਪੱਤੀ ਸੋ ਇਹਦੇ ਆਧਾਰ ਦੇ ਉੱਪਰ ਅਸੀਂ ਇਸ ਲਈ ਜਿਹੜੀ ਕਰ ਸਕਦੇ ਹੈਗੇ ਆ ਪਹਿਚਾਨ ਉਹ ਕਰ ਸਕਦੇ ਹੈਗੇ ਆ ਨੈਕਸਟ ਹੈ 25 ਨੰਬਰ ਪੰਜਾਬੀ ਭਾਸ਼ਾ ਪਛਾਣ ਦੇ ਵਿੱਚ ਦੁੱਤੀਕਰਨ ਦੀ ਉਦਾਹਰਨ ਹੈ ਸੋ ਆਪਸ਼ਨ 1 ਹੈ ਦੁੱਧ ਪੁੱਤ ਤੇ ਵਗ ਆਪਸ਼ਨ 2 ਹੈ ਕੰਨ ਤੇ ਕੰਧ ਆਪਸ਼ਨ 3 ਹੈ ਕਮੀਜ਼ ਤੇ ਜ਼ਮੀਰ ਅਤੇ ਆਪਸ਼ਨ 4 ਹੈ ਅਪਰੋਕ ਸਾਰੇ ਹੀ ਪੰਜਾਬੀ ਭਾਸ਼ਾ ਦੇ ਵਿੱਚ ਅਗਰ ਅਸੀਂ ਦੁੱਤੀਕਰਨ ਦੀ ਗੱਲ ਕਰੀਏ ਤਾਂ ਦੁੱਤੀਕਰਨ ਦੇ ਲਈ ਅਸੀਂ ਉਸ ਜੀ ਦਸਤਮਾਲ ਕਰਦੇ ਆ ਜਿਹਦੇ ਨਾਲ ਅਸੀਂ ਇਸ ਨੂੰ ਬਾਕੀ ਦੀਆਂ ਪਸ਼ਮਾਂ ਤੋਂ ਵੱਖ ਕਰ ਸਕਦੇ ਹਾਂ ਸੋ ਇਸ ਲਈ ਅਸੀਂ ਜਦੋਂ ਵੀ ਕੋਈ ਵਾਰਡ ਲਿਖਦੇ ਆ ਤੇ ਉਹਦੇ ਉੱਪਰ ਜਿਹੜਾ ਹੈ ਅਦਕ ਦਾ ਇਸਤੇਮਾਲ ਕਰ ਲੈਂਦੇ ਆ ਤਾਂ ਉਦੋਂ ਅਸੀਂ ਇਸ ਨੂੰ ਦੁੱਤੀ ਕਰਨ ਦੇ ਆਧਾਰ ਦੇ ਉੱਪਰ ਪਛਾਣ ਸਕਦੇ ਹਾਂ ਕਿ ਇਹ ਪੰਜਾਬੀ ਭਾਸ਼ਾ ਹੈ ਇਦੀ ਐਗਜ਼ਾਮਪਲ ਦੁੱਧ ਪੁੱਤ ਤੇ ਭਗ ਜਿਹਦੇ ਉੱਪਰ ਅਦਕ ਦਾ ਇਸਤੇਮਾਲ ਕੀਤਾ ਗਿਆ ਹੈ ਸੋ ਇਹ ਦੁੱਤੀਕਰਨ ਆ ਜਾਊਗਾ ਜੋ ਕਿ ਪੰਜਾਬੀ ਭਾਸ਼ਾ ਦੇ ਬਾਰੇ ਸਾਨੂੰ ਐਕਸਪਲੇਨ ਕਰੇਗਾ ਓਕੇ ਸੇਸ਼ੀਗੱਜ ਦੇ ਪੰਜਾਬੀ ਦੇ 25 MCQ ਸੋ ਉਮੀਦ ਕਰਦਾ ਹਾਂ ਕਿ ਸਰੰਦਰੀ ਹੈਲਪਫੁਲ ਰਹੇ ਹੋਣਗੇ ਸਭ ਨੂੰ ਕਾਫੀ ਕੁਝ ਜਿਹੜਾ ਸਿੱਖਣ ਨੂੰ ਮਿਲਿਆ ਹੋਊਗਾ ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਥੈਂਕ ਯੂ ਸੋ ਮੱਚ